ਜੇ ਬਦਾਮ ਆ ਠੀਕ ਹੈ ਜੀ, ਇਹ ਰਾਤ ਨੂੰ ਅਸੀਂ ਬਦਾਮ ਭਿਓ ਕੇ ਰੱਖਦੇ ਹਾਂ। ਠੀਕ ਹੈ, ਰਾਤ ਨੂੰ ਭਿਓ ਦਿੰਦੇ ਹਾਂ। ਹਾਂ ਠੀਕ ਹੈ ਜੀ, ਤੇ ਮਤਲਬ ਜਿਵੇਂ ਹੁਣ ਜਿਹੜੇ ਬਦਾਮ ਆਥੇ ਪਾਵਾਂਗੇ ਉਹ ਹੁਣ ਭਿਓ ਦਿਆਂਗੇ। ਉਹ ਕੈਮਰਾਮੈਨ ਨੇੜੇ ਆ ਜਾਓ, ਲਓ ਵੀ ਬਾਈ ਨੇ ਬਦਾਮ ਪਾਤੇ ਆ ਤੇ ਆ ਜਿਹੜੇ ਮਗਜ ਆਪਣੇ। ਠੀਕ ਹੈ ਜੀ, ਮਗਜ ਪਾਉਨੇ ਆ। ਠੀਕ ਹੈ ਜੀ, ਇਹ ਜਿਹੜਾ ਸਮਾਨ ਆ ਇਹ ਮਗਜ ਤੇ ਬਦਾਮ ਇਹ ਹੱਡੀਆਂ ਨੂੰ ਇਹ ਬਹੁਤ ਚੰਗੀ ਚੀਜ਼ ਆ ਇਹ। ਠੀਕ ਹੈ ਜੀ, ਮਤਲਬ ਇਹ ਨੀ ਗੱਲ ਵੀ ਕੋਈ ਚੀਜ਼ ਇਹਦੇ ਵਿੱਚ ਆਪਾਂ ਵੀ ਘੱਟ ਹੋਊਗੀ। ਹਾਂ ਕੋਈ ਹਾਂ ਹਾਂ ਸਹੀ ਚੀਜ਼ ਪਾਵਾਂਗੇ। ਆਪਣੀ ਜਿਹੜੀ ਖਾਲਸਾ ਸਾ ਇਹ ਆਪਣੇ ਹੁਣ ਸਿਰ ਨੂੰ ਤੇ ਅੱਖਾਂ ਨੂੰ ਬਹੁਤ ਚੰਗੀ ਚੀਜ਼ ਆ। ਠੀਕ ਹੈ, ਮਤਲਬ ਆਮ ਹੀ ਹੁਣ ਸਿਰ ਦੀ ਸਮੱਸਿਆ ਅੱਜ ਕੱਲ੍ਹ ਖਾਣੇ ਪੀਣੇ ਹਰੇਕ ਨੂੰ ਸਿਰ ਤੇ ਹੱਥਾਂ ਪੈਰਾਂ ਦੀ ਸਮੱਸਿਆ। ਹਾਂ ਹਰੇਕ ਨੂੰ ਹੀ ਇਹ ਜਿਹੜੀ ਖਾਲਸਾ ਸਾ ਆਪਣੇ ਅੱਖਾਂ ਨੂੰ ਵੀ ਤਾਕਤ ਦਿੰਦੀ ਆ। ਹਾਂਜੀ ਹਾਂ, ਜਿਵੇਂ ਹੁਣ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਤੇ ਚੀਜ਼ਾਂ ਭੁੱਲ ਹੀ ਗਈਆਂ। ਹਾਂ ਆ ਜਿਹਨੇ ਇੱਦਾਂ ਦੇ ਆ ਗਏ ਆ ਆਪਣੇ ਇਕੱਲੀ ਸੌਂਫ ਸਾਡੀ ਪੀਸੀ ਹੁੰਦੀ ਹੈ, ਥੋੜੀ ਪੀਸਣੀ ਔਖੀ ਹੁੰਦੀ ਹੈ, ਸੌਂਫ ਆ ਗਈ ਇਹ ਆਪਣੇ ਪੇਟ ਵਾਸਤੇ ਬਹੁਤ ਚੰਗੀ ਚੀਜ਼ ਆ। ਠੀਕ ਹੈ ਜੀ, ਹਾਈਮੇ ਨੂੰ ਮਤਲਬ ਲੀਵਰ ਲੂਵਰ ਨੂੰ ਜੇ ਤੁਹਾਨੂੰ ਹੋਰ ਸਮੱਸਿਆ ਇਹ ਬਹੁਤ ਚੰਗੀ ਚੀਜ਼ ਆ ਇਹ। ਠੀਕ ਹੈ ਜੀ, ਬਾਕੀ ਕਿਸਾਨ ਵੀਰੋ ਜਿਹੜਾ ਬਾਈ ਦੀ ਸਫਾਈ ਬਹੁਤ ਸਫਾਈ ਆ, ਆ ਜਿਹੜੀ ਕਾਲੀ ਮਿਰਚ ਆ ਜੇ ਕਿਸੇ ਨੂੰ ਕੋਈ ਵਾਈ ਵਰਦੀ ਆ ਕਾਲੀ ਮਿਰਚ ਤਾਂ ਇਹ ਬਹੁਤ ਜ਼ਰੂਰੀ ਆ। ਹਾਂ ਇਹ ਆਪਾਂ ਜਿਵੇਂ ਲੋਕ ਕਹਿੰਦੇ ਵੀ ਇਹ ਹਰੇਕ ਚੀਜ਼ ਦਾ ਚੰਗੀ ਚੀਜ਼ ਆ। ਹਰੇਕ ਚੀਜ਼ ਨੂੰ ਚੰਗੀ ਆ ਇਹ ਨੀ ਗੱਲ ਬਈ ਆਪਾਂ ਵੀ ਸਮਾਨ ਤੁਹਾਡੇ ਵੀਡੀਓ ਕਰਕੇ ਇੰਨਾ ਸਮਾਨ ਪਾਉਂਦੇ ਆ, ਸਮਾਨ ਆਪਣਾ ਓਕੇ ਹੁੰਦਾ ਜਦੋਂ ਮਰਜ਼ੀ ਬੰਦਾ ਆ ਜਿਹੜੇ ਰੋਜ਼ ਦੀ ਗੱਲ ਨੀ ਬਾਈ, ਕਿਸਾਨ ਭਰਾ ਹੀ ਆ ਬਾਈ ਨੂੰ ਸਪੋਰਟ ਕਰੋ, ਆਪਾਂ ਹੋਰ ਵੀ ਕਈਆਂ ਭਰਾਵਾਂ ਨੂੰ ਸਪੋਰਟ ਕਰਦੇ ਆ। ਆ ਜਿਹੜੇ ਗੁਲਾਬ ਦੇ ਫੁੱਲ ਆ ਇਹ ਬੰਦੇ ਦੇ ਕੋਈ ਫੋੜਾ ਫੈਂਸੀ ਹੋਵੇ ਮੰਨ ਕੇ ਚਲੋ ਜਾਂ ਰੰਗ ਨੂੰ ਮਾੜਾ ਮੋਟਾ ਇਹ ਚੰਗੀ ਚੀਜ਼ ਕਰਦਾ ਇਹ। ਹਾਂ ਬਾਕੀ ਜਿਹੜਾ ਆਪਾਂ ਨਿੰਮ ਦਾ ਘੋਟਣਾ ਖੂਨ ਨੂੰ ਸਾਫ਼ ਤਾਂ ਉਹੀ ਆਖਦਾ, ਘੋਟਣਾ ਵੀ ਪਹਿਲਾਂ ਆਪਣੇ ਬਜ਼ੁਰਗ ਵਰਤਦੇ ਹੁੰਦੇ ਸੀਗੇ, ਇਹਦਾ ਸਰੀਰ ਲਈ ਬਹੁਤ ਚੰਗਾ, ਇਹ ਬਹੁਤ ਚੰਗੀ ਚੀਜ਼ ਆ, ਖੂਨ ਖਾਨ ਨੂੰ ਸਾਫ਼ ਰੱਖਦਾ ਇਹ, ਜੇ ਖੂਨ ਹੀ ਬੰਦੇ ਦਾ ਸਾਫ਼ ਆ ਤੇ ਜਿਹੜੀਆਂ ਆਹ ਚੰਗਾ ਲੀਵਰ ਨੂੰ ਹਰੇਕ ਚੀਜ਼ ਦਵਾਈ ਇਹ ਨਹੀਂ ਦਵਾਈ ਇੱਕ ਖਾ ਉਹਦੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੀਵਰ ਵਾਸਤੇ ਸਰੀਰ ਵਾਸਤੇ ਜਿੰਨੀਆਂ ਵੀ ਤੁਸੀਂ ਪਾਈਆਂ ਬਹੁਤ ਹੀ ਵਧੀਆ ਚੀਜ਼ਾਂ ਆ, ਆਪਣੇ ਤੋਂ ਹੁਣ ਇੰਨੀ ਹੁੰਦੀ ਨਹੀਂ ਕਿਸੇ ਲਈ। ਮੰਨ ਕੇ ਚੱਲੋ ਜਿਹੜਾ ਇਹ ਹੁਣ ਪ੍ਰੋਜੈਕਟ ਹੈ ਆਪਣਾ ਪੌਣਾ ਘੰਟਾ ਪੌਣੇ ਘੰਟੇ ਤੋਂ ਲੈ ਕੇ ਵਿੱਚ ਹੀ ਘੰਟਾ ਵਿੱਚ ਇਹ ਚੱਲਦਾ ਇਹ। ਜਦੋਂ ਇਹ ਪੂਰਾ ਆਟੇ ਵਰਗਾ ਬਣ ਗਿਆ ਉਹਨੂੰ ਬਾਅਦ ਇਹਦਾ ਨਿਚੋੜ ਕੱਢਦੇ, ਹਾਂ ਇਹਨੂੰ ਕੱਪੜੇ ਵਿੱਚ ਨਿਚੋੜ ਕੇ ਫਿਰ ਇਹ ਚ ਅਸੀਂ ਅੱਧਾ ਦੁੱਧ ਪਾਉਂਦੇ ਅੱਧਾ ਪਾਣੀ ਪਾਉਂਦੇ ਹਾਂ, ਮਿੱਠਾ ਪਾਉਂਦੇ ਅਸੀਂ ਸ਼ੱਕਰ ਦਾ। ਹਾਂ ਦੁੱਧ ਆਪਾਂ ਵਾਹ ਲੱਗਦੀ ਤਾਂ ਲੈ ਕੇ ਆਉਂਦੇ ਘਰੋਂ, ਜੇ ਕੋਈ ਬਾਹਲਾ ਘਰ ਜੇ ਤਾਂ ਕੀ ਕਹਿਣਾ ਇੱਥੋਂ ਲੈ ਲਗੇ, ਤੇ ਨਹੀਂ ਤਾਂ ਆਪਾਂ ਦੁੱਧ ਆਪਦਾ ਘਰ। ਹਾਂ ਦੁੱਧ ਆਪਣੇ ਪਸ਼ੂ ਰੱਖੇ ਹੋਏ ਆ, ਇਹ ਦੁੱਧ ਆਪਾਂ ਘਰੋਂ ਹੀ ਲੈ ਕੇ ਆਉਂਦੇ ਹਾਂ। ਮਾੜਾ ਜਿਹਾ ਤੁਸੀਂ ਦਿਖਾ ਦੇ, ਸਮਾਨ ਪੈ ਗਿਆ ਤਾਂ ਸਾਹਮਣੇ ਇੰਜਨ ਬਾਰੇ ਦੇ ਦੇ ਜਾਣਕਾਰੀ। ਮਾੜਾ ਜਿਹਾ ਕੈਮਰਾਮੈਨ ਨੇੜੇ ਆ ਜੀ, ਮਾੜਾ ਜਿਹਾ ਲਓ ਵੀ ਤੁਸੀਂ ਦੇਖ ਸਕਦੇ ਹੋ ਬਾਈ ਨੇ ਸਾਰਾ ਨਹੀਂ ਯਾਰ ਬੰਬਈ ਨਹੀਂ ਗਿਆ, ਅਜੇ ਪਿਆ ਗਿਰਾ ਲੰਮਾ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਤੁਹਾਡਾ ਆਪਣਾ ਸਹਿਬ ਸੰਧੂ। ਅੱਜ ਆਪਾਂ ਖੜੇ ਹਾਂ ਬਾਬਾ ਫਰੀਦ ਜੀ ਦੀ ਨਗਰੀ ਦੇ ਵਿੱਚ ਫਰੀਦਕੋਟ। ਫਰੀਦਕੋਟ ਦੇ ਵਿੱਚ ਕਿਸਾਨ ਵੀਰੋ ਆਪਣੇ ਕਿਸਾਨ ਭਰਾ ਨੇ ਇੱਕ ਕੰਮ ਸਟਾਰਟ ਕੀਤਾ, ਸਰਦਈ ਪਿਆਉਂਦੇ ਆ।
ਜਿਹਦੇ ਵਿੱਚ ਹਰ ਇੱਕ ਚੀਜ਼ ਬਹੁਤ ਹੀ ਵਧੀਆ ਕੁਆਲਿਟੀ ਦੀ ਪਾਉਂਦੇ। ਦੋਸਤੋ ਹੁਣ ਕਈ ਜਿਹੜੀ ਹੁਣ ਦੀ ਅੱਜ ਕੱਲ੍ਹ ਨਵੀਂ ਜਨਰੇਸ਼ਨ ਹੈ ਬਾਹਰ ਜਾ ਰਹੇ ਆ ਵੀ ਕਹਿੰਦੇ ਇੱਥੇ ਕੰਮ ਹੈ ਨਹੀਂ ਪੰਜਾਬ 'ਚ। ਕੰਮ ਬਈ ਜਿਹਨੇ ਕਰਨਾ ਕੰਮ ਹੈਗਾ, ਕੰਮ ਕਰਨਾ ਹੋਈ ਜਿਹਨੇ ਮਿਹਨਤ ਕਰਨੀ। ਆਹ ਤੁਸੀਂ ਦੇਖ ਸਕਦੇ ਹੋ ਬਈ ਸੁਬਾਹ ਆਉਂਦਾ, ਸੁਬਾਹ ਬਈ ਕਿੰਨੇ ਵਜੇ ਆ ਜਾਂਦੇ? ਮੈਂ 9 ਵਜੇ ਆ ਜਾਂਦਾ, 9 ਵਜੇ ਆ ਜਾਂਦੇ। ਸ਼ਾਮ ਬਈ 7 ਵਜੇ ਤੱਕ ਹੋਣਾ ਮੇਰੇ। ਠੀਕ ਹੈ ਜੀ, 7 ਵਜੇ ਫਿਰ ਆਪਣਾ ਸਾਰਾ ਰਾਸ਼ਨ ਬਈ 6:30 ਲੱਗ ਜਾਂਦਾ, ਉਹ 7 ਵਜੇ ਤੱਕ ਮੈਂ ਹੁੰਦਾ ਹੀ ਇੱਥੇ। ਠੀਕ ਹੈ ਜੀ, ਹਾਂ ਬਈ ਉਹ ਟਾਈਮ ਵੀ ਥੋੜਾ ਆ, ਹੁਣ ਕਈ ਆਪਣੇ ਏਰੀਆ ਦੇ ਵਿੱਚ ਇਹ ਲੋਕਾਂ ਨੂੰ ਪਤਾ ਨਹੀਂ, ਬਈ ਕਿਸੇ ਤੋਂ ਪਤਾ ਲੱਗਦਾ ਨਾ। ਹਾਂ ਹਾਂ, ਆਮ ਲੋਕਾਂ ਦਾ ਕਈ ਦਾ ਬੰਦਾ ਕਹਿਣ ਦੇ ਖਣੀ ਸੁੱਖੇ ਵਾਲਾ, ਪੁਰਾਣੇ ਬਜ਼ੁਰਗ ਵਰਤਦੇ ਲੈਚੀਆਂ ਗੁਲਾਬ ਜਲ, ਉਹ ਜਾਨੀ ਦੇਸੀ ਚੀਜ਼ ਹੀ ਪਾਈ ਆ, ਆਰਗੈਨਿਕ ਚੀਜ਼। ਹਾਂ, ਤੁਹਾਡੇ ਸਰੀਰ ਲਈ ਵੀ ਬਹੁਤ ਚੰਗੀ ਆ, ਇੱਕ ਵਾਰੀ ਜ਼ਰੂਰ ਪੀ ਕੇ ਜਾਓ। ਜੇ ਤੁਸੀਂ ਇੱਕ ਵਾਰੀ ਪੀ ਗਏ ਜਦੋਂ ਸ਼ਹਿਰ ਆਓਗੇ ਪੱਕਾ ਪੀ ਕੇ ਜਾਓਗੇ। ਪੀਣ ਦੇ ਵਿੱਚ ਵੀ ਬਹੁਤ ਸਵਾਦ ਆ ਤੇ ਤੁਹਾਡੀਆਂ ਬਿਮਾਰੀਆਂ ਕਈ ਆ ਜਿਹੜੀਆਂ ਦੇ ਪੀਣ ਨਾਲ ਹੀ ਦੂਰ ਹੋ ਜਾਣ। ਜਿਵੇਂ ਅੱਜ ਕੱਲ੍ਹ ਸਿਰ ਦੀ ਸਮੱਸਿਆ ਹਰੇਕ ਨੂੰ, ਲੀਵਰ ਦੀ ਸਮੱਸਿਆ ਵੀ ਅੱਜ ਕੱਲ੍ਹ ਖਾਣੇ ਪੀਣੇ, ਲੀਵਰ ਦੀ ਸਮੱਸਿਆ ਯਾਰ ਹਰੇਕ ਨੂੰ ਹੀ ਆ ਇਹ। ਹਾਂ ਬਾਈ ਜੀ, ਰਿਆ ਸਪਰੇਆਂ ਤੇ ਹੋ ਗਿਆ। ਹਾਂ, ਇਹ ਚੀਜ਼ਾਂ ਵੱਲ ਆਉਣਾ ਹੀ ਪੈਣਾ, ਬਹੁਤ ਲੋਕ ਆਈ ਜਾਂਦੇ ਆ। ਤੇ ਬਾਕੀ ਬਾਈ ਜੀ, ਤੁਸੀਂ ਕਹਿਣਾ ਚਾਹੁੰਦੇ ਹੋ ਆਪਣੇ ਦਰਸ਼ਕਾਂ ਨੂੰ ਕੋਈ ਸਲਾਹ? ਆਪਾਂ ਤੇ ਇਹੀ ਆਣੇ ਵੀ ਲੋਕ ਆਪਣੇ ਨਾਲ, ਜਿਹੜੇ ਲੋਕ ਕੋਈ ਵੀ ਜਿਹੜੇ ਪੰਜਾਬੀ ਭਰਾ, ਇਹ ਮਾਰੇ ਪਏ ਸ਼ਰਮ ਦੇ। ਹਾਂਜੀ, ਸਹੀ ਹੈ, ਇਹ ਸ਼ਰਮ ਮੰਨਦੇ ਆ। ਹਾਂ, ਆਪਾਂ ਕਿਹੜਾ ਕੋਈ ਚੋਰੀ ਕਰਦੇ ਆ ਜਾਂ ਹੋਇਆ ਠੱਗੀ ਕਰਦੇ ਆ, ਆਪਾਂ ਆਪਦੀ ਮਿਹਨਤ ਕਰਦੇ ਆ। ਆਪਾਂ ਕੋਈ ਵੀ ਕੰਮ ਆ ਯਾਰ, ਆਪਾਂ ਲਾ ਲਓ ਜਾਂ ਖੇਤੀ ਦਾ ਕੰਮ ਆ, ਕੋਈ ਵੀ ਉੱਥੇ ਬੰਦਾ ਮਿਹਨਤ ਹੀ ਕਰਦਾ ਹਨਾ। ਮੈਂ ਮੇਰੇ ਕੋਲ ਕੰਬਾਈਨ ਵੀ ਰਹੀ, ਉਹ ਵੀ ਚਲਾ ਕੇ ਦੇਖੀ ਆ। ਠੀਕ ਹੈ, ਉਹ ਤੇ ਪਹਿਲਾਂ 1,00,000 ਰੁਪਇਆ ਲਾਉਣਾ ਪੈਂਦਾ, ਫਿਰ ਚੱਲਦੀ ਹੈ। ਹਾਂ, ਇੱਥੇ ਮੰਨ ਕੇ ਜਦੋਂ ਤੜਕੇ ਆਪਾਂ ਆ ਜਾਣਾ ਤੇ ਵਧੀਆ ਆਪਦਾ ਕੰਮ ਕਾਰ ਵਧੀਆ ਰਹਿੰਦਾ ਕੰਮ ਕਾਰ ਇਹ। ਤੇ ਆਪਾਂ ਤਾਂ ਜਾਣੇ ਜਿਹੜੇ ਕੋਈ ਜ਼ਿਮੀਂਦਾਰ ਭਰਾ ਵੀ ਜੇ ਕੋਈ ਛੋਟੇ ਕਿਸਾਨ ਆ, ਇਸ ਪਾਸੇ ਆਓ ਤੇ ਆਪਣੇ ਕਿਸਾਨਾਂ ਭਰਾਵਾਂ ਤੋਂ ਚੀਜ਼ਾਂ ਖਾਓ, ਜੇ ਕੋਈ ਹੋਰ ਵੀ ਕਿਤੇ ਵੀ ਆ ਖਾਓ ਪੀਓ ਆਪਦਾ, ਕਿਸਾਨਾਂ ਭਰਾਵਾਂ ਦੀ ਮਦਦ ਕਰੋ। ਆਪਣੇ ਉਹ ਜਿਹੜੇ ਘਰਾਂ ਲਾਉਂਦੇ ਆ, ਇਹੀ ਗੱਲ ਆਉਂਦੇ ਆ ਵੀ ਆਪਣੇ ਪੰਜਾਬੀ ਭਰਾਵਾਂ ਨਾਲ ਖੜੋ। ਭਾਣਾ ਸਿੱਧੂ ਇਹ ਗੱਲ ਨਹੀਂ ਆਉਂਦਾ ਵੀ ਜੇ ਆਪਾਂ ਹੁਣ ਜ਼ਿਮੀਂਦਾਰਾਂ ਨਾਲ ਜ਼ਿਮੀਂਦਾਰ ਖੜੂਗਾ ਤਾਂ ਫੇਰ ਹੀ ਬਚੂਗਾ, ਫੇਰ ਹੀ ਆ, ਸਹੀ ਗੱਲ ਹੈ। ਤੇ ਨਹੀਂ ਤਾਂ ਜਿਹੜੇ ਹਿਸਾਬ ਨਾਲ ਹਾਲਾਤ ਹੋਈ ਜਾਂਦੇ ਆ ਵੀ ਆਪਣਾ ਪੰਜਾਬੀ ਤਾਂ ਖਤਮ ਹੋ ਜੂਗਾ, ਫਿਰ ਰਾਜ ਤਾਂ ਫਿਰ ਦੂਜਿਆਂ ਦਾ ਹੀ ਆਉਣਾ। ਬਾਹਰੋਂ ਆਉਂਦੇ ਆ ਉਹ ਆ ਕੇ ਵਧੀਆ ਬਿਜ਼ਨਸ ਕਈ ਸੈੱਟ ਕਰ ਬੈਠੇ ਪੰਜਾਬ 'ਚ ਹੀ ਬਈ, ਗੱਡੀਆਂ ਲਈ ਬੈਠੇ ਆਪਦੇ ਮਕਾਨ ਬਣਾਈ ਬੈਠੇ। ਇਸੇ ਕਾਰਨ ਹੀ ਇਹਨਾਂ ਨੇ ਜਿਹੜੇ ਆਪਣੇ ਹੁਣ ਬਾਹਰੋਂ ਮਜ਼ਦੂਰ ਆ ਕੇ ਕੰਮ ਕਰਦੇ ਆ, ਉਹ ਆਪਣੇ ਵਾਲੇ ਇੱਥੇ ਕਾਮਯਾਬ ਹੋਏ ਬੈਠੇ ਹੋਏ ਬੈਠੇ ਵੀ ਉਹਨੂੰ ਕਈ ਜਿਹੜੀ ਨਵੀਂ ਜਨਰੇਸ਼ਨ ਨੂੰ ਵੀ ਸਿੱਖਣਾ ਚਾਹੀਦਾ, ਕੋਈ ਬਾਹਰ ਜਾਈ ਜਾਂਦਾ ਇੱਥੇ ਕਹਿੰਦੇ ਕੰਮ ਹੈ ਨਹੀਂ, ਕੰਮ ਹੈਗਾ ਜਿਹਨੇ ਮਿਹਨਤ ਕਰਨੀ। ਕੰਮ ਤਾਂ ਜੀ ਹਰੇਕ ਦੀ ਉਹਦਾ, ਜਿਹਨੂੰ ਤਰੀਕਾ ਉਹਦੀ ਇੱਥੇ ਅਮਰੀਕਾ, ਇੱਥੇ ਅਮਰੀਕਾ। ਮੈਂ ਪਹਿਲਾਂ ਬਈ ਜੀ ਆਪਣੇ ਪਿੰਡ ਹੀ ਕਿਸਾਨ ਭਰਾ ਦੀ ਵੀਡੀਓ ਪਾਈ ਸੀ, ਉਹਨਾਂ ਸਬਜ਼ੀ ਲਾਉਂਦਾ ਜੀ, ਸਬਜ਼ੀ ਇੱਕ ਵੱਟ ਤੇ 4 ਫਸਲਾਂ ਦੀ ਸਬਜ਼ੀ ਲੈ ਰਿਹਾ, ਜਿਵੇਂ ਹਰੀ ਮਿਰਚ ਲਾ ਦੀ, ਮੂਲੀ ਲਾ ਦੀ, ਹਰੇ ਮਟਰ ਲਾ ਦੇ ਤੇ ਨਾਲ ਹੀ ਉਹਨੇ ਲਸਣ ਲਾਇਆ। ਲਸਣ ਆ ਜਿਹੜਾ ਉਹ ਸਬਜ਼ੀ ਨੂੰ ਬਿਮਾਰੀ ਨਹੀਂ ਪੈਂਦੀ, ਸੁੰਡੀ ਹੋ ਗਈ ਤੇ ਕੜਤਨ ਹੁੰਦੀ ਹੈ, ਕੌੜਾ ਪਾਣੀ ਦਾ। ਵੀਡੀਓ ਚ ਬਹੁਤ ਕਮੈਂਟ ਆਏ, ਬਾਹਰੋਂ ਵੀ ਕਈ ਭਰਾਵਾਂ ਦੇ ਬਾਈ ਨੂੰ ਫੋਨ ਵੀ ਆਏ, ਕਮੈਂਟ ਵੀ ਆਏ ਵੀ ਕਹਿੰਦੇ ਯਾਰ ਬਹੁਤ ਵਧੀਆ ਹੈ, ਤੁਸੀਂ ਅੱਜ ਕੱਲ੍ਹ ਜਿਹੜੇ ਬਾਹਰ ਜਾ ਰਹੇ ਵੀ ਉੱਥੇ ਵੀ ਕੰਮ ਕਰਦੇ, ਗੁਲਾਮੀ ਕਰਦੇ, ਤੁਸੀਂ ਆਪਦੀ ਖੇਤੀ ਕਰਦੇ, ਬਹੁਤ ਵਧੀਆ ਦੇ ਤੁਹਾਡਾ ਇਹ ਉਪਰਾਲਾ। ਆਪਾਂ ਤਾਂ ਜੇ ਕਿਸੇ ਭਰਾ ਨੇ ਮਸ਼ੀਨ ਬਣਾਉਣੀ, ਆਪਾਂ ਉਹਨੂੰ ਮਸ਼ੀਨ ਬਣਾ ਕੇ ਦੇ ਦਾਂਗੇ। ਮੇਰਾ ਨੰਬਰ ਹੈਗਾ 8840687105, ਤੁਸੀਂ ਵੀਡੀਓ ਦਾ ਨੰਬਰ ਵੀ ਚਲਾ ਦਿਓ ਆਪਣਾ। ਇਹ ਨਹੀਂ ਆਪਾਂ ਨੇ ਵੀ ਮੇਰਾ ਕੰਮ ਹੀ ਚੱਲੇ, ਹਾਂ ਆਪਣੇ ਵੱਲੋਂ ਨਾ ਫਰੀ ਕੋਡ ਦਾ 4 ਲੈਣਾ, ਆਪਣੇ ਕਰਮਾਂ ਆਪ ਨੂੰ ਆਪਾਂ ਨੂੰ ਮਿਲ ਜਾਣਾ, ਆਪਣੇ ਵੱਲੋਂ ਕੁਆਲਿਟੀ ਦੇਣੀ ਆ।
ਹਾਂ ਜੇ ਕਿਸੇ ਨੇ ਹੋਰ ਸ਼ਹਿਰ ਚਲਾਉਣਾ ਆਪਾਂ ਤਾਂ ਵੀ ਉਹਨੂੰ ਮਸ਼ੀਨ ਬਣਾ ਕੇ ਦੇ ਦਾਂਗੇ ਆਪਣੇ, ਕੋਈ ਇਹ ਜੇ ਮਨ ਚ ਨੀ ਗੱਲ ਇਹ ਨੀ ਗੱਲ ਵੀ ਆਪਾਂ ਨੇ ਵੀ ਭਾਈ ਆਪਾਂ ਆਪਦਾ ਕੰਮ ਹੀ ਚਲਾਈਏ ਵੀ ਆਪਾਂ ਕਿਸੇ ਨੂੰ ਨਾਲ ਲਾ ਲਈਏ, ਆਪਾਂ ਨੂੰ ਕੋਈ ਚੱਕਰ ਨੀ ਜੇ ਕਿਸੇ ਨੇ ਬਣਾਉਣੀ ਹੈ ਮਸ਼ੀਨ ਉਹਨੂੰ ਬਣਾ ਕੇ ਦੇ ਦਾਂਗੇ। ਬਹੁਤ ਵਧੀਆ ਭਾਈ ਨੇ ਗੱਲ ਕੀਤੀ, ਜੇ ਕਿਤੇ ਕਿਸੇ ਵੀ ਭਰਾ ਨੇ ਕੰਮ ਸਟਾਰਟ ਕਰਨਾ ਤਾਂ ਬਾਈ ਕੋਲੇ ਆ ਕੇ ਜਦੋਂ ਮਰਜ਼ੀ ਆਓ, 9 ਤੋਂ ਲੈ ਕੇ ਸ਼ਾਮ 6-7 ਵਜੇ ਤੱਕ ਇੱਥੇ ਹੁੰਦੇ ਆ, ਆ ਕੇ 9 ਚ ਲੈ ਸਕਦੇ ਹੋ ਕੰਮ ਸਟਾਰਟ ਕਰਨਾ ਚਾਹੁੰਦੇ। ਬਹੁਤ ਵਧੀਆ ਕੰਮ ਭਾਈ, ਇਨਕਮ ਵੀ ਵਧੀਆ। ਹਾਂ ਬਾਈ ਵਧੀਆ ਯਾਰ, ਵਧੀਆ ਸਰਕਲ ਚੱਲੀ ਜਾਂਦਾ। ਹਾਂ ਬਾਕੀ ਤੁਸੀਂ ਵੀ ਦੱਸੋ ਕਿਸਾਨ ਭਰਾਓ ਜਿਹੜੇ ਵੇਖ ਰਹੇ ਕਮੈਂਟ ਦੇ ਵਿੱਚ, ਬਾਈ ਦਾ ਸਿਸਟਮ ਕਿਵੇਂ ਲੱਗਿਆ ਤੁਹਾਨੂੰ? ਬਾਕੀ ਆਪਾਂ ਫੇਰ ਵੀਡੀਓ ਬਣਾਵਾਂਗੇ, ਬਾਈ ਨੂੰ ਕਿਵੇਂ ਰਿਸਪੋਂਸ ਰਿਹਾ ਆਪਣੀ ਵੀਡੀਓ ਦਾ। ਠੀਕ ਹੈ ਬਾਈ ਜੀ, ਠੀਕ ਹੈ ਬਾਈ, ਸਤਿ ਸ਼੍ਰੀ ਅਕਾਲ, ਧੰਨਵਾਦ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ।